ਜੇ ਭਾਜੀ ਬਿਜਲੀ ਦੀ ਅਸੀਂ ਗੱਲ ਕਰ ਲਈਏ ਤਾਂ ਬਿਜਲੀ ਦੀ ਬਚਤ ਕਿੰਨੀ ਕੁ ਹੋ ਜਾਂਦੀ ਹੈ ਸੋਲਰ ਸਿਸਟਮ ਲਾਉਣ ਨਾਲ? ਸੋਲਰ ਸਿਸਟਮ ਲਾਉਣ ਨਾਲ ਲੋਕਾਂ ਦੇ ਘਰਾਂ ਦੇ ਬਿੱਲ 500-500 ਰੁਪਏ ਆ ਰਹੇ ਨੇ ਜੀ। ਜਿਨ੍ਹਾਂ ਦੇ 10,000 ਰੁਪਏ ਬਿੱਲ ਆ ਰਹੇ ਸੀ, ਅੱਜ 500-500 ਰੁਪਏ ਬਿੱਲ ਆ ਰਹੇ ਨੇ। ਅਤੇ ਸਰ 70-80% ਤਾਂ ਬਿੱਲ ਮਾਫ਼ ਹੋ ਰਿਹਾ ਜੀ। ਬਹੁਤ ਲੋਕ ਕੁਛ ਐਸੇ ਨੇ ਜੋ ਗਲਤ ਮਾਲ ਵੇਚਦੇ ਨੇ। ਮੈਂ ਪੂਰੇ ਦਰਸ਼ਕਾਂ ਨੂੰ ਮੀਡੀਆ ਰਾਹੀਂ ਇਹ ਕਹਿਣਾ ਚਾਹੂੰਗਾ, ਤੁਸੀਂ ਕਿਹਦੇ ਤੋਂ ਵੀ ਮਾਲ ਲਓ ਨਾ, ਤੁਸੀਂ ਇਹ ਦੇਖ ਲਓ ਕਿ ਉਹ ਬੰਦਾ ਗੌਰਮੈਂਟ ਰਜਿਸਟਰਡ ਹੈ ਜਾਂ ਨਹੀਂ ਹੈ। ਬਸ ਜਿਹੜਾ ਬੰਦਾ ਇਹ ਪੰਫਲੇਟ ਲੈ ਕੇ ਮੇਲੇ ਤੋਂ ਬਾਅਦ ਸਾਨੂੰ ਮਿਲਦਾ ਹੈ, ਉਹਨਾਂ ਨੂੰ ਅਸੀਂ 10% ਡਿਸਕਾਊਂਟ ਦੇ ਰਹੇ ਹਾਂ। ਤੁਹਾਨੂੰ ਜੋ ਮਾਰਕੀਟ 'ਚ ਰੇਟ ਹੈਗਾ ਪਹਿਲੇ ਉਹ ਤੋਂ ਘੱਟ ਮਿਲੇਗਾ, ਉਹ ਤੋਂ ਵੀ 10% ਡਿਸਕਾਊਂਟ ਮਿਲੇਗਾ। ਲੈਣੇ ਭਾਅ ਜੀ ਇਹ ਮਸ਼ੀਨ ਕੀ ਹੈ? ਇਹ ਹਾਈਬ੍ਰਿਡ ਦਾ ਇਨਵਰਟਰ ਹੈਗਾ। ਅਗਰ ਲਾਈਟ ਜਾਂਦੀ ਵੀ ਹੈ ਤੋ ਵੀ ਇਹ ਕੰਮ ਕਰੂਗੀ, ਹੈ ਤੋ ਵੀ ਕੰਮ ਕਰੂਗੀ। ਤੇ ਸੋਲਰ ਸਿਸਟਮ ਦੀ ਗੱਲ ਕਰ ਲਈਏ, ਐਤਕੀ ਤੁਸੀਂ ਨਵਾਂ ਕੀ ਲੈ ਕੇ ਆਏ ਹੋ? ਐਤਕੀ ਸਰ ਸਾਡੇ ਕੋਲ UTL ਕੰਪਨੀ ਦਾ ਨਾ ਹਾਈਬ੍ਰਿਡ ਸਿਸਟਮ ਆਇਆ, ਜਿਹੜਾ ਲੋਕ ਇੱਕ ਵਾਰ ਕਹਿੰਦੇ ਸੀਗੇ ਕਿ ਬੈਟਰੀਆਂ ਵਾਲਾ ਸਿਸਟਮ ਨਹੀਂ ਵਧੀਆ, ਇੱਕ ਤਰਫ ਕਹਿੰਦੇ ਕਿ ਲਾਈਟ ਬੜੀ ਭੱਜ ਜਾਂਦੀ ਹੈ ਅਤੇ ਔਨ ਗ੍ਰਿਡ ਵਾਲਾ ਸਿਸਟਮ ਬੜਾ ਮਾੜਾ ਹੈਗਾ, ਫਿਰ ਉਹਦੇ ਲਈ UTL ਕੰਪਨੀ ਨੇ ਇੱਕ ਹਾਈਬ੍ਰਿਡ ਸਿਸਟਮ ਨਾਲ ਲੈ ਕੇ ਆਇਆ ਹੈਗਾ। ਉਹ ਕੀ ਹੈ, ਅਗਰ ਲਾਈਟ ਭੱਜ ਵੀ ਜਾਂਦੀ ਹੈ ਤਾਂ ਕਸਟਮਰ ਨੂੰ 4 ਬੈਟਰੀਆਂ ਨਾਲ ਉਹ ਸਲਾਹ ਕੇ ਰੱਖਦੀ ਹੈ ਅਤੇ ਨਾਲ ਲਾਈਟ ਨਹੀਂ ਜਾਂਦੀ, AC ਲਾਈਟਾਂ, ਪੱਖੇ, TV, ਫਰਿੱਜ ਚੱਲਦੇ ਰਹਿੰਦੇ ਆ ਜੇ ਵੱਡਾ ਪਲਾਂਟ ਲਗਾਉਂਦੇ ਆ। ਛੋਟੇ ਪਲਾਂਟਾਂ ਲਈ ਵੀ ਉਹਨਾਂ ਨੇ ਬੜੀ ਵਧੀਆ ਸਕੀਮ ਕੱਢੀ ਹੋਈ ਹੈ ਜਿਹਦੇ ਕਰਕੇ ਲੋਕ ਕਾਫੀ ਸੈਟਿਸਫਾਈਡ ਨੇ, ਔਰ ਲੋਕਾਂ ਨੂੰ ਅਵੇਅਰਨੈਸ ਕਰਨੀ ਬਹੁਤ ਜ਼ਰੂਰੀ ਹੈ। ਬਹੁਤ ਲੋਕਾਂ ਨੂੰ ਨਹੀਂ ਪਤਾ ਇਹਦੇ ਬਾਰੇ, ਅਸੀਂ ਇਸ ਲਈ ਹਾਈਬ੍ਰਿਡ ਲੋਕਾਂ ਨੂੰ ਲੈ ਕੇ ਆਏ ਹਾਂ। ਲੋਕ ਆ ਕੇ ਬਹੁਤ ਖੁਸ਼ ਨੇ, ਨਈ ਲਾਈਟਾਂ ਲੈ ਕੇ ਆਏ ਹਾਂ, ਸਟਰੀਟ ਲਾਈਟਾਂ 3-in-1 ਮਾਡਲ ਲੈ ਕੇ ਆਏ ਹਾਂ, 2-way ਮਾਡਲ ਲੈ ਕੇ ਆਏ ਹਾਂ, 1-way ਮਾਡਲ ਲੈ ਕੇ ਆਏ ਹਾਂ। ਬਾਕੀ ਅੱਗੇ ਕਾਫੀ ਕੁਛ ਚੀਜ਼ਾਂ ਹੋਰ ਨਈ ਟੈਕਨੋਲੋਜੀ ਆ ਰਹੀ ਹੈ ਸੋਲਰ ਲਈ, ਸੋਲਰ ਲਾਲਟੇਨ, ਸੋਲਰ ਗਾਰਡਨ, ਸੋਲਰ ਘਰਾਂ ਲਈ ਮਿੰਨੀ ਇਨਵਰਟਰ, ਕਾਫੀ ਕੁਛ ਆ ਰਿਹਾ। ਜੇ ਭਾਅ ਜੀ ਬਿਜਲੀ ਦੀ ਅਸੀਂ ਗੱਲ ਕਰ ਲਈਏ ਤਾਂ ਬਿਜਲੀ ਦੀ ਬਚਤ ਕਿੰਨੀ ਕੁ ਹੋ ਜਾਂਦੀ ਹੈ ਸੋਲਰ ਸਿਸਟਮ ਲਾਉਣ ਨਾਲ? ਸੋਲਰ ਸਿਸਟਮ ਲਾਉਣ ਨਾਲ ਲੋਕਾਂ ਦੇ ਘਰਾਂ ਦੇ ਬਿੱਲ 500-500 ਰੁਪਏ ਆ ਰਹੇ ਨੇ ਜੀ। ਜਿਨ੍ਹਾਂ ਦੇ 10,000 ਰੁਪਏ ਬਿੱਲ ਆ ਰਹੇ ਸੀ, ਅੱਜ 500-500 ਰੁਪਏ ਬਿੱਲ ਆ ਰਹੇ ਨੇ। ਇਹ ਮੈਂ ਨਹੀਂ ਆਖਦਾ, ਜਿਨ੍ਹਾਂ ਦੇ ਘਰੇ ਸੋਲਰ ਲੱਗੇ ਹੋਏ ਨੇ ਉਹ ਆਖਦੇ ਨੇ। ਪਹਿਲੇ ਭਾਅ ਜੀ ਬਹੁਤ ਘੱਟ ਲੋਕਾਂ ਨੂੰ ਪਤਾ ਸੀਗਾ ਕਿ ਸੋਲਰ ਅਸੀਂ ਬੜਾ ਮਹਿੰਗਾ ਜੀ, ਮਹਿੰਗਾ। ਹੁਣ ਜਦੋਂ ਉਹਨਾਂ ਦੇ ਬਿੱਲ ਘੱਟ ਆਉਣ ਲੱਗ ਗਏ ਤਾਂ ਸਰ 70-80% ਤਾਂ ਬਿੱਲ ਮਾਫ਼ ਹੋ ਰਿਹਾ ਜੀ। ਜੇ ਗੱਲ ਕੀਤੀ ਜਾਵੇ ਕੋਈ ਨੋਰਮਲ ਫੈਮਿਲੀ ਹੈ, ਇੱਕ ਛੋਟਾ ਘਰ ਹੈ, ਤਾਂ ਕਿੰਨੇ ਪੈਸਿਆਂ ਦਾ ਜਿਹੜਾ ਸੋਲਰ ਸਿਸਟਮ ਘਰ ਦੇ ਵਿੱਚ ਲੱਗ ਜਾਂਦਾ? ਘੱਟ ਤੋਂ ਘੱਟ ਇਹ 1 kW ਤੋਂ ਸਟਾਰਟ ਹੋ ਜਾਂਦਾ। ਨੋਰਮਲ ਘਰਾਂ ਦੇ ਇਨਵਰਟਰ ਨੂੰ ਅਸੀਂ ਸੋਲਰ 'ਚ ਕਨਵਰਟ ਕਰ ਰਹੇ ਹਾਂ, ਉਹ 50-55 ਹਜ਼ਾਰ ਰੁਪਏ 'ਚ ਸਬਸਿਡੀ ਅਸੀਂ ਡਿਸਕਾਊਂਟ ਕਰਕੇ, ਮੇਲਾ ਡਿਸਕਾਊਂਟ ਚੱਲ ਰਿਹਾ AM ਸੋਲਰ ਵੱਲੋਂ, ਘੱਟ ਤੋਂ ਘੱਟ ਅਸੀਂ ਲਗਾ ਰਹੇ ਹੈਗੇ ਹਾਂ। ਬਾਕੀ ਮਾਰਕੀਟ ਦੇ ਵਿੱਚ ਬਹੁਤ ਲੋਕ ਕੁਛ ਐਸੇ ਨੇ ਜੋ ਗਲਤ ਮਾਲ ਵੇਚਦੇ ਨੇ। ਮੈਂ ਪੂਰੇ ਦਰਸ਼ਕਾਂ ਨੂੰ ਮੀਡੀਆ ਰਾਹੀਂ ਇਹ ਕਹਿਣਾ ਚਾਹੂੰਗਾ, ਤੁਸੀਂ ਕਿਹਦੇ ਤੋਂ ਵੀ ਮਾਲ ਲਓ ਨਾ, ਤੁਸੀਂ ਇਹ ਦੇਖ ਲਓ ਕਿ ਉਹ ਬੰਦਾ ਗੌਰਮੈਂਟ ਰਜਿਸਟਰਡ ਹੈ ਜਾਂ ਨਹੀਂ ਹੈ। ਬਸ ਜੋ ਬੰਦਾ ਗੌਰਮੈਂਟ ਰਜਿਸਟਰਡ ਹੈ PSPCL ਦੇ ਵਿੱਚ, ਤੁਸੀਂ ਉਹਨਾਂ ਤੋਂ ਅੱਖਾਂ ਬੰਦ ਕਰਕੇ ਸਮਾਨ ਲੈ ਲਓ, ਕਿਉਂਕਿ ਉਹ ਭੱਜ ਨਹੀਂ ਸਕਦਾ। ਔਰ ਤੁਹਾਡੇ ਰਾਹੀਂ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੂੰਗਾ ਸਾਰੇ ਬੰਦਿਆਂ ਨੂੰ ਕਿ ਜਿਹੜੀ ਵੀ ਪੇਮੈਂਟ ਹੈ ਭਾਅ ਜੀ, ਤੁਸੀਂ ਕੈਸ਼ ਬਿਲਕੁਲ ਨਾ ਦਿਆ ਕਰੋ। ਜੋ ਪੇਮੈਂਟ ਦੇਣੀ ਹੈ ਅਕਾਊਂਟ 'ਚ ਪਾਓ, ਇਹ ਸਭ ਤੋਂ ਅਵੇਅਰਨੈਸ ਜ਼ਰੂਰੀ ਹੈ। ਤੁਸੀਂ ਟੈਕਸ ਬਚਾਉਣ ਦੇ ਚੱਕਰ 'ਚ ਕੈਸ਼ ਦੇ ਦਿੰਦੇ ਹੋ, ਉਸ ਤੋਂ ਬਾਅਦ ਕੀ ਹੁੰਦਾ ਭਾਅ ਜੀ, ਉਹ ਬੰਦੇ ਨਾ ਬਿੱਲ ਦਿੰਦੇ ਆ ਤੁਹਾਨੂੰ, ਨਾ ਤੁਹਾਨੂੰ ਸਰਵਿਸ ਮਿਲਦੀ ਹੈ, ਬਾਅਦ 'ਚੋਂ ਤੁਸੀਂ ਕਹਿੰਦੇ ਹੋ ਸੋਲਰ ਵਾਲੇ ਬੰਦੇ ਮਾੜੇ ਆ ਜੀ। ਇਹ ਬਹੁਤ ਹੁੰਦਾ ਲੋਕਾਂ ਨਾਲ। ਅਤੇ ਭਾਅ ਜੀ ਅੱਜ ਕਿਸਾਨੀ ਮੇਲਾ ਚੱਲ ਰਿਹਾ ਲੁਧਿਆਣਾ ਦੇ ਵਿੱਚ, PAU ਦੇ ਵਿੱਚ ਅਸੀਂ ਮੌਜੂਦ ਹਾਂ। ਅੱਜ ਜਿਹੜੇ ਕਿਸਾਨ ਨੇ ਜਾਂ ਜਿਹੜੇ ਆਮ ਲੋਕ ਨੇ ਜਿਹੜੇ ਸੋਲਰ ਸਿਸਟਮ ਖਰੀਦ ਰਹੇ ਨੇ, ਉਹਨਾਂ ਲਈ ਕੀ ਵੱਡੇ ਔਫਰ ਲੈ ਕੇ ਆਏ ਹੋ? ਉਹਨਾਂ ਲਈ ਅਸੀਂ ਇੱਕ ਪੰਫਲੇਟ ਬਣਾਇਆ ਹੋਇਆ ਜੀ। ਆਹ ਦੇਖੋ ਜੀ, ਆਹ ਸਾਡਾ ਪੰਫਲੇਟ ਬਣਿਆ ਹੋਇਆ AM ਸੋਲਰ ਦਾ। ਜਿਹੜਾ ਬੰਦਾ ਇਹ ਪੰਫਲੇਟ ਲੈ ਕੇ ਮੇਲੇ ਤੋਂ ਬਾਅਦ ਸਾਨੂੰ ਮਿਲਦਾ, ਉਹਨਾਂ ਨੂੰ ਅਸੀਂ 10% ਡਿਸਕਾਊਂਟ ਦੇ ਰਹੇ ਹਾਂ।
10% ਡਿਸਕਾਊਂਟ ਦੇ ਰਹੇ ਹਾਂ ਨਾਰਮਲ ਰੇਟ ਜੇ ਕੋਈ ਇੱਕ ਮੰਨ ਕੇ ਚਲੋ 1 ਲੱਖ ਦਾ ਸੋਲਰ ਸਿਸਟਮ ਹੈ ਤਾਂ ਉਹਨੂੰ 10000 ਰੁਪਿਆ ਡਿਸਕਾਊਂਟ ਮਿਲਣਾ ਮਿਲੇਗਾ ਔਰ ਇਹ ਜੋ 1 ਲੱਖ ਰੁਪਏ ਦਾ ਇਹ ਨਹੀਂ ਕਿ 10% ਪਹਿਲੀ ਰੇਟ ਵਧਾ ਕੇ ਦੱਸਿਆ ਹੋਇਆ ਜੀ ਮੈਂ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੂੰਗਾ ਇਦਾਂ ਦਾ ਕੁਝ ਨਹੀਂ ਹੈ ਇਹ ਮੇਲੇ ਦੇ ਵਿੱਚ ਕੱਲ ਦਾ ਦਿਹਾੜਾ ਲਾਸਟ ਦਿਨ ਹੈ ਜੀ ਤੁਸੀਂ PIU ਲੁਧਿਆਣੇ ਵਿੱਚ ਆਓ ਤੁਹਾਨੂੰ ਜੋ ਮਾਰਕੀਟ ਵਿੱਚ ਰੇਟ ਹੈਗਾ ਪਹਿਲੇ ਉਹ ਤੋਂ ਘੱਟ ਮਿਲੇਗਾ ਉਹ ਤੋਂ ਵੀ 10% ਡਿਸਕਾਊਂਟ ਮਿਲੇਗਾ ਜੋ ਮਾਰਕੀਟ 'ਚ ਰੇਟ ਚੱਲਦਾ ਹੈ ਪਹਿਲਾਂ ਉਹ ਤੋਂ ਵੀ ਘੱਟ ਮਿਲਣਾ ਤੇ ਉਸ ਤੋਂ ਬਾਅਦ 10% ਹੋਰ ਘੱਟ ਮਿਲਣਾ ਸੋ ਵੱਡੇ ਜਿਹੜੇ ਧਮਾਕੇ ਕੀਤੇ ਗਏ ਆ ਐਤਕੀ ਜੀ ਜੀ ਬਿਲਕੁਲ ਪੂਰੇ ਧਮਾਕੇ ਕੀਤੇ ਗਏ ਆ ਔਰ ਸਿਰਫ AM ਸੋਲਰ એનર્ਜੀ ਵੱਲੋਂ ਕੀਤੇ ਗਏ ਆ ਔਰ ਅਸੀਂ ਚਾਹੁੰਦੇ ਆ ਕਿ ਸਾਡੇ ਵੱਧ ਤੋਂ ਵੱਧ ਕਸਟਮਰ ਬਣਨ ਅਸੀਂ ਘੱਟ ਤੋਂ ਘੱਟ ਕਮਾ ਲਈਏ ਕੁਝ ਕਮਾਈਆਂ ਇਹ ਜੀ ਆਉਂਦੀਆਂ ਕਿ 0% ਤੇ ਵੀ ਚੱਲਦੀਆਂ ਲੇਕਿਨ ਗਾਹਕ ਜਿਹੜਾ ਨਾ ਉਹ ਪੂਰੀ ਜ਼ਿੰਦਗੀ ਲਈ ਬਣਿਆ ਰਹਿੰਦਾ ਅਸੀਂ 10 ਸੋਚਦੇ ਆ ਕੰਪਨੀ ਵਾਲੇ ਇਹ ਸੋਚਦੇ ਆ ਕਿ ਅਸੀਂ ਸੋਚਦੇ ਆ ਕਿ ਚੱਲ ਅਸੀਂ ਇੱਕ ਪਾਸੇ ਛੱਡ ਦਿੱਤਾ ਅਸੀਂ ਕਹਿੰਦੇ ਚਲ 10 ਦਿਨ ਅਸੀਂ ਨਹੀਂ ਕੰਮ ਕਰਾਂਗੇ ਨਹੀਂ ਕਮਾਵਾਂਗੇ ਕਿਸੇ ਤੋਂ ਲੇਕਿਨ ਹਾਂ ਸਰਵਿਸ ਕਲਾਇੰਟ ਤਾਂ ਜੁੜੂਗਾ ਨਾ ਸਾਡੇ ਨਾਲ ਸਾਡਾ ਨਾਮ ਤਾਂ ਜਾ ਰਿਹਾ ਨਾ ਔਰ ਇਹ ਜੋ ਆਫਰ ਹੈ ਇਸ ਮੇਲੇ 'ਚ ਇਸ ਕਰਕੇ ਕੀਤੀ ਗਈ ਹੈ ਕਿ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਹੈ ਸ਼੍ਰੀ ਅਰੁਣ ਕੁਮਾਰ ਜੀ ਠੀਕ ਹੈ ਉਹਨਾਂ ਦੀ ਬੜੀ ਇੱਛਾ ਸੀਗੀ ਕਿ ਮੇਲੇ ਦੇ ਵਿੱਚ ਕੁਝ ਅੱਛੀ ਆਫਰ ਲੈ ਕੇ ਆਇਆ ਜਾਵੇ ਹਰ ਸਾਲ ਉਹ 2020 ਦੇ ਵਿੱਚ ਜਦੋਂ ਮੇਲਾ ਲੱਗਣਾ ਸੀਗਾ ਤਾਂ ਲੋਕਡਾਊਨ ਲੱਗ ਗਿਆ 23 ਮਾਰਚ 2020 ਨੂੰ ਮੇਲਾ ਲੱਗਣਾ ਸੀਗਾ ਜਿਹੜਾ ਲੋਕਡਾਊਨ ਹੋ ਗਿਆ ਉਹ ਪੋਸਟਪੋਨ ਹੋ ਗਿਆ ਉਹਦੀ ਪੇਮੈਂਟ ਸਾਨੂੰ ਕੰਪਨੀ ਨੂੰ ਰਿਫੰਡ ਆ ਗਈ ਹੈ ਅਤੇ ਅਸੀਂ ਇਸ ਵਾਰ ਜਦ 2 ਸਾਲ ਬਾਅਦ ਮੇਲਾ ਲਗਾ ਰਹੇ ਹਾਂ ਤਾਂ ਅਸੀਂ ਸੋਚਿਆ ਕਿ ਅਸੀਂ ਵੱਧ ਤੋਂ ਵੱਧ ਡਿਸਕਾਊਂਟ ਦੇਣਾ ਜਿੰਨਾ ਹੋ ਸਕੇ ਸੋ ਇਸ ਵਾਰ ਜਿਹੜੀਆਂ ਤੁਹਾਨੂੰ ਇਹ ਵਧੀਆ ਕੁਆਲਿਟੀ ਦੀਆਂ ਸਟਰੀਟ ਲਾਈਟਾਂ AM ਸੋਲਰ ਵੱਲੋਂ ਜਿਹੜੀਆਂ ਮਿਲਣ ਜਾ ਰਹੀਆਂ ਅਤੇ ਤੁਸੀਂ ਆ ਕੇ ਜਿਹੜਾ ਰੇਟ ਜ਼ਰੂਰ ਟਰਾਈ ਕਰ ਸਕਦੇ ਹੋ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਚੀਜ਼ਾਂ ਨੇ AM ਸੋਲਰ ਸਿਸਟਮ ਜਿਹੜਾ ਤੁਹਾਡੇ ਲਈ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਇਹ ਪਲੇਟਾਂ ਨੇ ਸੋਲਰ ਸਿਸਟਮ ਵਾਲੀਆਂ ਅਤੇ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਲੈ ਕੇ ਆਇਆ ਇਹ ਲਾਈਟ ਦੀ ਗੱਲ ਕਰ ਲਈ ਕੀ ਹੈ ਭਾਅ ਜੀ ਇਹ ਆਹ ਸੋਲਰ ਲਾਈਟ ਹੈਗੀ ਜੀ ਇਹ ਕਿਹੜੀ ਕੋਈ ਨਵੀਂ ਲਾਈਟ ਆਈ ਹੈ ਹਾਂਜੀ ਹਾਂਜੀ ਇਹ ਨਹੀਂ ਆਈ ਹੈ 3-in-1 ਮੈਂ ਪਹਿਲੇ ਸਿੰਗਲ ਪੀਸ ਮੈਂ ਆਤੀ ਸੀ ਉਹ ਆਪਕੇ ਸਾਹਮਣੇ ਪੜੀ ਹੋਈ ਹੈ ਇਹ 3-in-1 ਨਿਊ ਮਾਡਲ ਹੈ ਅਭੀ ਇਹ 3-in-1 ਦੇ ਵਿੱਚ ਜਿਹੜਾ ਨਵਾਂ ਮਾਡਲ ਆਇਆ ਤੁਸੀਂ ਦੇਖ ਸਕਦੇ ਹੋ ਕਿ 3 ਇਹਦੇ ਵਿੱਚ LED ਜਿਹੜੀਆਂ ਲਾਈਟਾਂ ਲੱਗੀਆਂ ਨੇ ਤੇ ਉੱਪਰ ਜਿਹੜੀ ਹੈ ਉਹ ਸੋਲਰ ਸਿਸਟਮ ਦੀ ਪਲੇਟ ਲੱਗੀ ਹੋਈ ਹੈ ਇਹ 'ਚ ਹੋਰ ਖਾਸੀਅਤ ਕੀ ਹੈ ਸਰ ਇਹ 'ਚ ਖਾਸੀਅਤ ਆ ਹੈਗੀ ਕਿ ਇਹਦੇ ਵਿੱਚ ਸੈਂਸਰ ਤੇ ਬੈਟਰੀ ਇਨਬਿਲਡ ਹੈ ਇਹਨੂੰ ਕੁਛ ਨਹੀਂ ਕਰਨਾ ਤੁਸੀਂ ਬਸ ਲਾ ਦਿਓ ਉਸ ਤੋਂ ਬਾਅਦ ਬਸ ਆਪਣੇ ਆਪ ਹੀ ਸ਼ਾਮੀ 7 ਵਜੇ ਜਲ ਪੈਣੀ ਤੇ ਸਵੇਰੇ 5 ਵਜੇ ਬੰਦ ਹੋ ਜਾਣੀ ਅੱਛਾ ਉਹ ਕੋਈ ਟਾਈਮ ਇਹਦੇ ਵਿੱਚ ਜਿਹੜਾ ਟਾਈਮ ਕੋਈ ਫਿਕਸ ਕੀਤਾ ਹੁੰਦਾ ਨਾ ਨਾ ਇਹ ਵੈਦਰ ਕੇ ਹਿਸਾਬ ਸੇ ਇਹ ਆਪਣੇ ਵੈਦਰ ਕੇ ਹਿਸਾਬ ਸੇ ਚਲਤੀ ਹੈ ਕਿ ਜਿੱਦਾਂ ਹੁਣ ਮੌਸਮ ਖਰਾਬ ਹੈਗਾ ਹੁਣ ਉਜੇਲਾ ਪੜਦਾ ਪਿਆ ਜੇ ਮੜੇ ਜੀ ਅੰਧੇਰਾ ਪੈ ਜੂਗਾ ਇਹਨੇ ਚੱਲ ਪੈਣਾ ਸੋ ਜੇਕਰ ਤੁਸੀਂ ਜਿਹੜਾ ਵਾਰ-ਵਾਰ ਆਨ ਆਫ ਲਾਈਟ ਕਰਨ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਤੁਸੀਂ ਇਹ ਜਿਹੜਾ ਸੋਲਰ ਸਿਸਟਮ ਹੈ ਇੱਕ ਵਾਰ ਲਗਾਓ 3-in-1 ਜਿਹੜਾ ਨਵਾਂ ਮਾਡਲ ਇਹਦੇ ਵਿੱਚ ਆਇਆ 3 LED ਨੂੰ ਲਾਈਟਾਂ ਮਿਲਣਗੀਆਂ ਤੇ ਵੈਦਰ ਦੀ ਗੱਲ ਕਰ ਲਈਏ ਵੈਦਰ ਦੇ ਹਿਸਾਬ ਨਾਲ ਜਿਹੜਾ 18 ਵਾਟ ਦੀ ਹੈਗੀ ਆ ਤੇ ਵੈਦਰ ਦੇ ਹਿਸਾਬ ਨਾਲ ਜਿਹੜੇ ਕੰਮ ਕਰਦੀ ਹੈ ਜਿੱਦਾਂ ਸ਼ਾਮ ਦੇ 7 ਵਜਦੇ ਆ ਤਾਂ ਇਹ ਲਾਈਟ ਆ ਜਿਹੜੀ ਇਹ ਆਪਣੇ ਆਪ ਇਸਨੇ ਆਨ ਹੋ ਜਾਣਾ ਤੇ ਜਿੱਦਾਂ ਸਵੇਰ ਦੇ 5 ਵਜਦੇ ਤੇ ਆਪਣੇ ਆਪ ਹੀ ਜਿਹੜਾ ਇਹ ਆਫ ਹੋ ਜਾਊਗੀ ਸੋ ਬਹੁਤ ਸਾਰੀ ਜਿਹੜੀ ਮੌਸਮ ਖਰਾਬ ਰਿਹਾ ਤਾਂ ਇਹਦਾ 2 ਦਿਨ ਦਾ ਬੈਕਅਪ ਹੈ ਉਹਦੇ ਕੋਈ ਦਿੱਕਤ ਨਹੀਂ ਆਊਗੀ ਅੱਛਾ ਤੇ ਹੋਰ ਜਿਹੜੀ ਵੱਡੀ ਗੱਲ ਹੈ ਜੇਕਰ ਮੌਸਮ ਖਰਾਬ ਵੀ ਹੁੰਦਾ ਤਾਂ 2 ਦਿਨ ਦੇ ਦਾ ਬੈਕਅਪ ਆ 2 ਦਿਨ ਦੀ એનર્ਜੀ ਜਿਹੜੀ ਉਹ ਆਪਣੇ ਅੰਦਰ ਸਟੋਰ ਕਰ ਲੈਂਦੀ ਹੈ ਤੇ ਆਪਣੇ ਆਪ ਦੇ ਟਾਈਮ ਦੇ ਹਿਸਾਬ ਨਾਲ ਚਲਦੀ ਰਹੂਗੀ ਤੇ ਜੇਕਰ ਤੁਸੀਂ ਵੀ ਵਾਰ-ਵਾਰ ਜਿਹੜਾ ਆਨ ਆਫ ਕਰਨ ਦੇ ਸਟਰੀਟ ਲਾਈਟਾਂ ਲੱਗੀਆਂ ਹੁੰਦੀਆਂ ਪਰੇਸ਼ਾਨ ਹੁੰਦੇ ਹੋ ਤਾਂ ਇਹ ਜ਼ਰੂਰ ਟਰਾਈ ਕਰੋ AM ਸੋਲਰ ਸਿਸਟਮ ਵੱਲੋਂ ਇਸ ਵਾਰ ਜਿਹੜੇ ਵੱਡੇ ਧਮਾਕੇ ਕੀਤੇ ਜਾ ਰਹੇ ਆ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਲੈ ਕੇ ਆਈਆਂ ਗਈਆਂ ਭਾਜੀ ਹੋਰ ਕੀ ਸਪੈਸ਼ਲ ਲੈ ਕੇ ਆਏ ਹੋ ਇਸ ਵਾਰ ਸਰ ਇਸ ਵਾਰੀ ਹੈਗਾ ਇੱਕ ਤਾਂ ਆਪਣਾ ਆਨ ਗ੍ਰਿਡ ਐਂਡ ਹਾਈਬ੍ਰਿਡ ਸਿਸਟਮ ਹੈ ਉਹ ਰਿਹਾ ਇਨਵਰਟਰ ਮੈਂ ਕਹੂੰਗਾ ਉਹ ਵੀ ਆਨ ਗ੍ਰਿਡ ਜਿਹੜਾ ਇਹਨਾਂ ਦਾ ਹੈਗਾ ਉਹ ਵੀ ਦਿਖਾਇਆ ਜਾਵੇ ਆ ਇੱਕ ਨਵੀਂ ਮਸ਼ੀਨ ਪਈ ਹੈ ਜਾਣਕਾਰੀ ਲੈਣੇ ਆ ਭਾਜੀ ਇਹ ਮਸ਼ੀਨ ਕੀ ਹੈ ਇਹ ਹਾਈਬ੍ਰਿਡ ਦਾ ਇਨਵਰਟਰ ਹੈਗਾ ਪਰ ਕਿਲੋਵਾਟ 55,000 ਦਾ ਔਰ ਆਪਗ੍ਰੇਡ ਦਾ ਹੈਗਾ 65,000 ਦਾ ਇਹ ਹਾਈਬ੍ਰਿਡ ਹੈਗਾ ਮਤਲਬ ਕਿ ਅਗਰ ਲਾਈਟ ਜਾਂਦੀ ਵੀ ਹੈ ਤੋ ਵੀ ਇਹ ਕੰਮ ਕਰੂਗੀ ਹੈ ਤੋ ਵੀ ਕੰਮ ਕਰੂਗੀ